हाँ जी, तो दोस्तों किवें हो सारे? हाँ जी दोस्तों, अज ना अपने को ओल्ड म्यूजिक सिस्टम आए ने, दो तीन पुराने म्यूजिक सिस्टम आए ने जो कि मतलब बहुत कॉस्टली ते बहुत वधिया हालत दे विच पए ने। हर एक बंदा भी मन के चल भी दे बजट च आउंदे ने। सिस्टम पुराने सिस्टम आए ने, बहुत कैंड सिस्टम ने यार, बहुत साफ पए ने, हर एक चीज़ जमा ओके पई है, नाल दी चीज़ हैगी। ते बाकी दोस्तों वीडियो नूं एंड तक जरूर देखियो, बाकी जो जो दोस्त चैनल ते नवें चैनल नूं कर लो सबसक्राइब। ਤੇ ਹੁਣ ਤੁਹਾਨੂੰ ਦਿਖਾਉਣੇ ਆ ਸਿਸਟਮ ਵੀ ਕਿਹੜੇ ਕਿਹੜੇ ਸਿਸਟਮ ਨੇ ਤੇ ਕੀ ਕੀ ਰੇਟ 'ਚ ਨੇ। ਪਹਿਲਾਂ ਸ਼ੁਰੂਆਤ ਕਰਦੇ ਆ ਆਪਾਂ ਇਹਦੇ ਤੋਂ, ਆ ਪਹਿਲੇ ਮਤਲਬ ਸਿਸਟਮ 'ਚੋਂ। ਇਹ ਨਾ ਕਾਰ ਵਾਲਾ ਸਬਵੂਫਰ ਬਲੂ ਪੰਕ ਦਾ, ਤੇ ਨਾਲ V12 ਦਾ ਇਹਦੇ ਐਂਪਲੀਫਾਇਰ, ਤੇ ਤੁਹਾਨੂੰ ਕੋਲੋਂ ਦਿਖਾ ਦਿੰਦੇ ਆ ਜਮਾ। V12 ਦਾ ਐਂਪਲੀਫਾਇਰ ਆਏ, V12 ਦਾ ਐਂਪਲੀਫਾਇਰ, ਮਤਲਬ ਪੈਨਾ ਸਾਊਂਡ ਦਾ ਜੇ ਕਿਹਾ ਜਾਵੇ ਵੀ, ਮੰਨ ਕੇ ਚਲੋ ਪੈਨਾ ਸਾਊਂਡ ਦਾ 2 ਚੈਨਲ ਐਂਪਲੀਫਾਇਰ ਆ। ਤੇ ਦੂਜਾ ਬਲੂ ਪੰਕ ਦਾ ਨਾ ਮਤਲਬ ਫਿਕਸ ਆ, ਇਹਦੇ ਵਿੱਚ ਸਬਵੂਫਰ ਅੰਦਰਲੀ ਸਾਈਡ ਸਬਵੂਫਰ ਲੱਗਿਆ ਹੋਇਆ ਅੰਦਰ, ਤੇ ਉੱਤੇ ਸ਼ੀਸ਼ਾ ਲੱਗਿਆ ਹੋਇਆ ਗਲਾਸ, ਮਤਲਬ ਫਿਕਸ ਹੈਗਾ ਇਹ, ਤੇ ਆ ਨਟ ਵਗੈਰਾ ਲੱਗੇ ਹੋਇਆ। ਤੇ ਬੂਫਰ ਜੋ ਆਪਾਂ ਦੇਖਿਆ ਜਾਵੇ ਤਾਂ ਬਿਲਕੁਲ ਨਵਾਂ ਪਿਆ ਹੈਗਾ, ਬਲੂ ਕਲਰ ਦਾ, ਬਲੂ ਪੰਕ ਕੰਪਨੀ ਦਾ ਬ੍ਰਾਂਡ ਦਾ ਬੂਫਰ ਹੈ। ਤੁਸੀਂ ਬਾਕੀ ਆਨਲਾਈਨ ਕੱਢ ਕੇ ਦੇਖਿਓ ਵੀ ਕੀ ਪ੍ਰਾਈਜ਼ ਵਗੈਰਾ ਇਹਦਾ, ਅਤੇ ਸਾਈਡ ਵਗੈਰਾ। ਬਾਕੀ ਥੋੜ੍ਹੀ ਜਿਹੀ ਨਾ ਵੀ ਆਹ ਚੀਜ਼ ਮਾੜੀ ਮੋਟੀ ਇਹਦੀ ਖਰਾਬ ਆ ਗਈ, ਅਤੇ ਕਈ ਬਾਕੀ ਜਿਹਨੇ ਰੱਖਣਾ ਵਾ ਨਾ ਵੀ ਬ੍ਰਾਂਡਡ ਬੂਫਰ ਹੈਗਾ, ਅਤੇ ਜਿਹਨੇ ਰੱਖਣਾ ਵੀ ਆ ਦੋਸਤੋ ਵੀ ਇਹਦੇ ਉੱਤੇ ਕੱਪੜਾ ਵਗੈਰਾ ਨਵਾਂ ਚੜ੍ਹਾ ਕੇ ਬਿਲਕੁਲ ਨਵਾਂ ਬਣ ਜੂਗਾ। ਬਾਕੀ ਬੂਫਰ ਜਮਾ ਓਕੇ ਪਿਆ, ਕੋਈ ਦਿੱਕਤ ਨਹੀਂ ਬੂਫਰ 0% ਵੀ। ਅਤੇ ਜੇ ਬਾਕੀ ਆਪਾਂ ਐਂਪਲੀਫਾਇਰ ਦੀ ਗੱਲ ਕਰੀਏ, ਐਂਪਲੀਫਾਇਰ ਬਿਲਕੁਲ ਸਾਫ਼ ਪਿਆ, ਬਿਲਕੁਲ ਨਵਾਂ, ਕੋਈ 0% ਵੀ ਦਿੱਕਤ ਨਹੀਂ, ਦੇਖ ਲਓ ਸੁੱਚ ਵਗੈਰਾ ਬਿਲਕੁਲ ਤੁਸੀਂ, ਕਿਉਂਕਿ ਮੇਨ ਐਂਪਲੀਫਾਇਰ ਦੀ ਇਹਨਾਂ ਤੋਂ ਆਹ ਚੀਜ਼ਾਂ ਤੋਂ ਪਤਾ ਲੱਗ ਜਾਂਦਾ ਵੀ ਕਿੰਨਾ ਕੁ ਚੱਲਿਆ ਵਾ, ਕਿੰਨੀ ਕੁ ਸੰਭਾਈ ਆ। ਤੇ ਇਹ ਚੀਜ਼ ਮਤਲਬ ਕਿ ਜਰ ਲੱਗ ਜੂ, ਜਾਂ ਟੁੱਟੀਆਂ ਹੋਣਗੀਆਂ ਜਰ ਲੱਗੀ ਹੋਊਗੀ ਆਹ ਚੀਜ਼ਾਂ ਤੇ, ਰੀਡਾਂ ਵਗੈਰਾ ਤੇ। ਤੇ ਬਾਕੀ ਇਹਦੀ ਜੋ ਕੋਸਟ ਦੱਸਾਂ ਦੋਸਤੋ, 4,500 ਹੈ, ਮਤਲਬ 4,500 ਰੁਪਏ ਦਾ ਕੰਪਲੀਟ ਸੈੱਟ ਆ ਵਿਦ ਐਂਪਲੀਫਾਇਰ। ਐਂਪਲੀਫਾਇਰ ਦੇ ਨਾਲ 4,500 ਰੁਪਏ ਦੇ ਵਿੱਚ ਕੰਪਲੀਟ ਹੈ ਸੈੱਟ ਆ, ਠੀਕ ਹੈ। ਤੇ ਬਾਕੀ ਕੁਆਲਿਟੀ ਵਗੈਰਾ 1 ਨੰਬਰ ਐਂਪਲੀਫਾਇਰ, ਰਿਪੇਅਰ ਬਿਲਕੁਲ 0% ਹੋਇਆ, ਕੋਈ ਵੀ ਕਹੀ ਕਦੀ ਵੀ ਐਂਪਲੀਫਾਇਰ ਨਹੀਂ ਹੋਇਆ। ਜੋ ਵੋਲਟੇਜ ਆ ਤੁਸੀਂ ਵੋਲਟੇਜ ਦੇਖ ਸਕਦੇ ਹੋ, 6900 ਵੋਲਟੇਜ ਦਾ ਐਂਪਲੀਫਾਇਰ ਪੈਨਾਸੋਨਿਕ V12 ਦਾ। ਤੇ ਦੂਜਾ ਦੋਸਤੋ ਆਹ ਸਿਸਟਮ ਆ, ਤੇ ਇਹ ਤੁਸੀਂ ਸਿਸਟਮ ਦੇਖੋ, ਇਹ 12 ਇੰਚੀ ਦੋ ਸਬ ਨੇ, 12 ਇੰਚੀ ਦੋ ਸਬ ਤੇ 6 ਇੰਚ 4 ਸਪੀਕਰ ਨੇ, ਤੇ ਹਵਾਲੇ ਹੋਲ ਨੇ ਦੋ, ਤੇ ਜੋ ਪਲੇਅਰ ਆ ਉਹ ਇਹਦੇ ਨੀਚੇ ਹੀ ਲੱਗਦਾ ਹੈਗਾ, ਮੋਨੋ ਪਲੇਅਰ ਆ, ਦੇ ਸਾਈਡਾਂ ਕੋਈ ਸਪੀਕਰ ਨਹੀਂ। ਤੇ ਬਾਕੀ ਇਹ ਨਾ ਹੁੱਡ ਦੇ ਵਿੱਚ ਲੱਗਦਾ, ਜਿੱਦਾਂ ਕਿ ਹੁੱਡ ਨਹੀਂ ਉਹਦੀ ਯੂ ਪਾਈਪ, ਉਹਦੇ ਵਿੱਚ ਲੱਗਦਾ ਹੈਗਾ। ਲਾਈਟਾਂ ਵਗੈਰਾ ਲੱਗੀਆਂ ਹੋਈਆਂ ਨੇ ਸਪੀਕਰਾਂ ਦੇ ਵਿੱਚ ਵੀ, ਤੇ ਇਹਦੇ ਵਿੱਚ ਵੀ ਹੁੱਡ ਪਾਈਪ ਦੇ ਵਿੱਚ ਲੱਗਦਾ ਹੈ, ਜੋ ਕਿ ਯੂ ਪਾਈਪ ਆ ਉਹਦੇ ਵਿੱਚ ਲੱਗਦਾ ਹੈਗਾ, ਚੰਗੀ ਤਰ੍ਹਾਂ ਫਿਕਸ ਹੋ ਜੂਗਾ। ਤੇ ਬਾਕੀ ਮਿਣਤੀ ਤੁਸੀਂ ਮੈਨੂੰ ਕਾਲ ਕਰਕੇ ਸਾਈਜ਼ ਪੁੱਛ ਸਕਦੇ ਹੋ, ਤੇ ਬਾਕੀ ਮੈਸੀ ਤੇ ਲੱਗਿਆ ਹੋਇਆ ਸੀ 241 ਤੇ, ਇਹ ਟਰੈਕਟਰ ਬਾਈ ਨੇ ਸੇਲ ਕਰਤਾ ਤੇ ਮਿਊਜ਼ ਸਿਸਟਮ ਰੱਖ ਲਿਆ ਸੀ। ਤੇ ਕਈ ਵਾਰ ਵਿੱਚ ਨਹੀਂ ਪੈਸੇ ਮਿਲਦੇ ਮਿਊਜ਼ ਸਿਸਟਮ ਦੇ, ਅਗਲਾ ਫਿਰ ਉਤਾਰ ਲੈਂਦਾ ਹੈਗਾ, ਤੇ ਇਹ ਮਿਊਜ਼ ਸਿਸਟਮ ਉਤਾਰ ਲਿਆ ਸੀਗਾ। ਤੇ ਲਾਸਟ ਜੋ ਵੱਡਾ ਸਿਸਟਮ ਰਹਿ ਗਿਆ ਉਹ ਤੁਹਾਨੂੰ ਦਿਖਾਉਂਦੇ ਹਾਂ, ਸਭ ਤੋਂ ਵਧੀਆ ਤੇ ਬੈਸਟ ਪਲੇਅਰ ਤੇ ਕੁਆਲਿਟੀ 1 ਨੰਬਰ ਦਾ ਜੋ ਆਪਾਂ ਮਤਲਬ ਉਤਾਰਿਆ ਹੈਗਾ, ਤੇ ਉਹ ਆਗਾ ਦੋਸਤੋ। ਤੁਹਾਨੂੰ ਇਹਦੀ ਬੈਕ ਦਿਖਾ ਰਿਹਾ ਫਿਲਹਾਲ ਹਲੇ, ਤੇ ਬੈਕ ਤੁਸੀਂ ਦੇਖ ਸਕਦੇ ਹੋ, ਬਾਈ ਸਿੱਧੂ ਮੂਸੇਵਾਲੇ ਦੀ ਫੋਟੋ ਲੱਗੀ ਵੀ ਆ ਮਗਰ, ਤੇ ਨੋ ਫਾਰਮਰ ਨੋ ਫੂਡ ਦੀ ਲੋਗੋ, ਤੇ ਪੇਟੀ ਪਿੱਛੋਂ ਦੇਖੋ ਪਹਿਲਾਂ ਤੁਸੀਂ, ਹੈ ਨਾ। ਤੇ ਬਾਕੀ ਤੁਹਾਨੂੰ ਜੋ ਇਹਦੀਆਂ ਗੱਲਾਂ ਦੱਸੂ ਵੀ ਕਿੱਦਾਂ ਕਿੱਦਾਂ ਨਾ ਵੀ ਕੀ ਕੀ ਆ, ਤੇ ਇਹਦੇ ਵਿੱਚ ਤੁਸੀਂ ਮੰਨ ਕੇ ਚਲੋ ਇਹਨੂੰ ਬਸ ਸਿੱਧੀ ਕਰਦੇ, ਤੁਹਾਨੂੰ ਸਿੱਧੀ ਕਰਕੇ ਦਿਖਾਉਂਦੇ ਆਗੇ, ਤੁਹਾਨੂੰ ਦੱਸਦੇ ਆ ਇਹਦੇ ਬਾਰੇ ਵੀ ਇਹਦੇ ਵਿੱਚ ਕੀ ਕੁਝ ਆ। ਲਓ ਜੀ, ਇਹ ਇਹਦਾ ਫਰੰਟ ਆ, ਫਰੰਟ ਤੇ ਜੇ ਆਪਾਂ ਫਰੰਟ ਦੀ ਗੱਲ ਕਰੀਏ, ਇਹਦੇ ਉੱਤੇ ਦੋ ਫਰੰਟ ਤੇ ਸਬ ਨੇ, 15 ਇੰਚੀ ਦੋ ਸਬ ਤੇ 6 ਇੰਚੀ 4 ਸਪੀਕਰ, ਤੇ ਚਾਰ ਚਾਰ ਸਾਈਡਾਂ ਤੇ ਇਹਦੇ, ਤੇ ਮਾੜੀ ਮੋਟੀ ਪੱਤੀ ਨੂੰ ਜਾਰ ਵਗੈਰਾ ਲੱਗੀ ਵੀ ਹੈਗੀ, ਤੇ ਚਾਰ ਚਾਰ ਸਪੀਕਰ ਦੇ ਸਾਈਡਾਂ ਤੇ ਆ, ਬਿਲਕੁਲ ਓਕੇ ਕੰਡੀਸ਼ਨ ਆ, ਕਿਸੇ ਪਾਸੇ ਪੇਟੀ ਟੁੱਟੀ ਨਹੀਂ, ਕਿਸੇ ਪਾਸੇ ਖਰਾਬ ਨਹੀਂ, ਕਿਸੇ ਪਾਸੇ ਉਹ ਪਾਟੀ ਨਹੀਂ ਪੇਟੀ, ਠੀਕ ਹੈ। ਤੇ ਬਾਕੀ 19 mm ਦੇ ਮਤਲਬ ਪੌਣੀ ਦੇ ਬੋਰਡ ਦੇ ਵਿੱਚ ਬਣੀ ਵੀ ਆ, 19 mm ਦੇ ਬੋਰਡ 'ਚ, ਤੇ ਹਾਰਡ ਗੱਤਾ ਕੋਨ ਵਾਲੇ 3 ਸਬਵੂਫਰ ਨੇ, ਤੇ 1 ਪਲਾਸਟਿਕ ਕੋਨ ਦਾ ਸਬਵੂਫਰ ਆ। ਕੋਈ ਦਿੱਕਤ ਆ ਗਈ ਸੀ ਥੋੜ੍ਹੀ ਜਿਹੀ ਸਬਵੂਫਰ 'ਚ, ਤਾਂ ਕਰਕੇ ਪਰਦਾ ਮਿਲਿਆ ਨਹੀਂ। ਤੇ ਆਪਾਂ ਜੇ ਇਹਦੀ ਕੋਸਟ ਦੱਸੀਏ ਦੋਸਤੋ, ਇਹਦੇ ਨਾਲ ਬਾਕੀ ਪਲੇਅਰ ਪੂਰਾ A to Z ਸਾਰਾ ਕੰਪਲੀਟ ਨਾਲ ਆ, ਇਹਦੇ
बाकी चालू हालत पूरी ओके चलता, बिल्कुल ओके चलता, कोई 0% दिक्कत नहीं। आवाज़ वगैरह बेस वगैरह बिल्कुल एक नंबर आ। तो यदि आप कॉस्ट की गल करिए, पैसों की गल करिए, 26,000 कंप्लीट सैट मिल जूगा। जो आप नवे की गल करिए, नवा घट्टो घट 45,000 रुपए का सिस्टम आए, तो आप 26,000 का कंप्लीट दे देंगे। तो बाकी जे किसी मेरे वीर ने लैना भी हो, मैनू कमेंट करके मेरा नंबर लै सकता गा, तो आप फिर A to Z सारा दस भी देवे। तो बाकी तुसी ना फोन ते आप चला के दिखा नहीं सकते, क्वालिटी का पता नहीं लगता, तुसी शॉप ते आके दी क्वालिटी चेक कर सकते हो। लाइटां स्पीकरां च है नहीं, तो सबवूफर जे ने। बाकी जेडे दोस्त ने यदि मतलब कि जालियां वगैरह चेंज भी करवाउणियां, लाइटां वगैरह होर भी पाउणियां, तो वह दोस्तों थोड़ा खर्चा गा, जेडे मेरा वीर लऊगा वह उहदा खर्चा, ठीक है। तो बाकी इहदी जो कॉस्ट दसीए भी इहदे दो सबवूफर वाली 12,000 रुपए का कंप्लीट सैट दे देंगे, मोनो एम्पलीफायर है बच्चा। तो गरंटी आप देवे दोस्तों, यदि 2 मंथ की गरंटी आप देवे, ठीक है, 2 मंथ की गरंटी आप देवे, चला के बंदा चेक कर सकता गा, कोई दिक्कत नहीं। भी कितने आप कहें भी कस्टमर कोई दिक्कत करके आ, पर नहीं, 2 मंथ की आप गरंटी देवे कोलो, तुम जो मर्जी चला सकते हो, कोई दिक्कत नहीं, ठीक है। तो बाकी आ देख लो कार वाला बिल्कुल ओके है भी, तो ये तो बिल्कुल तसली है भी हर एक बंदा आपकी कॉस्ट से ले सकता। जिहड़े बंदे ने भी 2 सबवूफर के पैसे लाने, वो 4 से ला के 4 सबवूफर वाली पेटी वगैरह तुम दस, पेटी वगैरह बिल्कुल ओके आ। बस ये साफ नहीं लगी था, जे असी मतलब कि जिम्मे कहते नहीं होंगे नून तेल वाली गल, जो नून तेल लाता फिर तो भी मन के चलो जमी सरा हो जूगा, जिदा कि पालश पूलश मार के असी पेटी रखनी हो ना, एन बिल्कुल नवी निकले होनी है जमी साफ, क्योंकि पेटी के फिर टुटे ही ना। साइडा दिखा देना, तुम साइडा देख लो, दोनों दोनों साइडा देखो यदि किसी पास टुटी ना पेटी, पेटी बिल्कुल साफ पई है। बस सर मेन वे 2 नट ने, एक परली सैट नट आ, 4 नट आ गए उत्ते, पेटी टिक जाती है। तो बाकी दोस्तों जेने मेरे दोस्त ने नहीं भी लेनी कोई गल नहीं, वीडियो अगे शेयर कर दौ, क्योंकि मेरे यार दोस्त किसी का फायदा हो जाए। तो बाकी वीडियो जरूर शेयर करो, बाकी वीडियो चंगी लगी दोस्तों लाइक जरूर करो, तो कमेंट करो जे मेरे दोस्तों ये पेटी चाहिए हुई। मिलते हैं इदा की घेंट जी नैक्सट वीडियो, तब तक बने रहो म्यूजिक किंग 95 100। ओके दोस्तों, मिलते नैक्सट वीडियो।